सत श्री अकाल स्टूडेंट्स, अज आप करांगे क्लास 12वीं का लैसन नंबर 3 यूजर डिफाइंड फंक्शंस। वीडियो शुरू करने तो पहला चैनल नू सबसक्राइब करना ना भूलना। सबसक्राइब करने लई तुहाडी वीडियो दे नीचे एक लाल रंग का सबसक्राइब बटन है, उसके उपर क्लिक करना। चलो फिर शुरू कर दे अपनी वीडियो। सब तो पहला आप स्टडी करांगे फंक्शंस बारे। फंक्शंस की होंदे हन? सी प्रोग्रामिंग विच फंक्शन प्रोग्राम दा ही दोबारा वर्तन योग ब्लॉक होंदे हन, जो एक प्रोग्राम नू समझन उसनू टेस्ट करन विच आसान बनाउंदा है। फंक्शन प्रोग्रामां नू छोटे छोटे हिस्सियां विच वंडदे है ते बेहतर ते प्रभावशाली नतीजियां लई प्रोग्राम नू संचालित करदे हन। ਜਦੋਂ ਤੁਸੀਂ ਇੱਕ ਵੱਡੇ ਪ੍ਰੋਗਰਾਮ ਨੂੰ ਵੱਖ-ਵੱਖ ਛੋਟੇ-ਛੋਟੇ ਫੰਕਸ਼ਨਸ ਵਿੱਚ ਵੰਡਦੇ ਹੋ ਤਾਂ ਹਰੇਕ ਫੰਕਸ਼ਨ ਨੂੰ ਵੱਖਰੇ ਤੌਰ ਤੇ ਪ੍ਰਬੰਧ ਕਰਨਾ ਆਸਾਨ ਹੋ ਜਾਂਦਾ ਹੈ। ਪ੍ਰੋਗਰਾਮ ਵਿੱਚ ਜਦੋਂ ਕੋਈ ਵੀ ਗਲਤੀ ਹੁੰਦੀ ਹੈ ਤਾਂ ਆਸਾਨੀ ਨਾਲ ਹੀ ਆਪਾਂ ਉਸ ਨੁਕਸ ਵਾਲੇ ਫੰਕਸ਼ਨ ਦੀ ਜਾਂਚ ਕਰ ਸਕਦੇ ਹਾਂ, ਨਾ ਕਿ ਆਪਾਂ ਨੂੰ ਪੂਰਾ ਦਾ ਪੂਰਾ ਪ੍ਰੋਗਰਾਮ ਦੁਬਾਰਾ ਜਾਂਚਣਾ ਪਏਗਾ। ਉਸ ਨੁਕਸ ਵਾਲੇ ਫੰਕਸ਼ਨ ਦੀ ਜਾਂਚ ਕਰੋ ਤੇ ਆਪਣੀ ਗਲਤੀ ਨੂੰ ਠੀਕ ਕਰ ਦਿਓ। ਤੇ ਫੰਕਸ਼ਨਸ ਦਾ ਬੈਨੀਫਿਟ ਇੱਕ ਇਹ ਵੀ ਹੈ ਕਿ ਜਦੋਂ ਵੀ ਜ਼ਰੂਰਤ ਪਵੇ ਆਪਾਂ ਉਸ ਫੰਕਸ਼ਨ ਨੂੰ ਆਸਾਨੀ ਨਾਲ ਕਾਲ ਕਰ ਸਕਦੇ ਹਾਂ ਤੇ ਇਸਤੇਮਾਲ ਕਰ ਸਕਦੇ ਹਾਂ, ਜਿਸ ਨਾਲ ਆਪਣੇ ਸਮੇਂ ਦੀ ਤੇ ਮੈਮਰੀ ਦੇ ਸਥਾਨ ਦੀ ਵੀ ਬਚਤ ਹੁੰਦੀ ਹੈ। ਅਗਰ ਸੰਖੇਪ ਵਿੱਚ ਕਹੀਏ ਤਾਂ ਇੱਕ ਵੱਡਾ ਪ੍ਰੋਗਰਾਮ ਵੱਖ-ਵੱਖ ਉਪ ਪ੍ਰੋਗਰਾਮਾਂ ਵਿੱਚ ਵੰਡਿਆ ਜਾਂਦਾ ਹੈ ਤੇ ਇਹਨਾਂ ਉਪ ਪ੍ਰੋਗਰਾਮਾਂ ਨੂੰ ਹੀ ਫੰਕਸ਼ਨ ਕਿਹਾ ਜਾਂਦਾ ਹੈ। ਅੱਗੇ ਹੈ ਕਿ ਆਪਾਂ ਇਹਨਾਂ ਫੰਕਸ਼ਨਸ ਨੂੰ ਕਿਉਂ ਵਰਤਦੇ ਹਾਂ। ਸਭ ਤੋਂ ਪਹਿਲਾ ਕਾਰਨ ਹੈ ਕਿ ਕੋਡ ਨੂੰ ਆਪਾਂ ਆਸਾਨੀ ਨਾਲ ਪੜ੍ਹ ਸਕਦੇ ਹਾਂ। ਕੋਡ ਮਤਲਬ ਤੁਸੀਂ ਜੋ ਪ੍ਰੋਗਰਾਮ ਲਿਖਦੇ ਹੋ, ਕੋਡ ਦੀ ਮੁੜ ਵਰਤੋਂ ਆਸਾਨ ਹੋ ਜਾਂਦੀ ਹੈ। ਆਪਾਂ ਉਹੀ ਫੰਕਸ਼ਨ ਨੂੰ ਕਿਸੇ ਵੀ ਪ੍ਰੋਗਰਾਮ ਵਿੱਚ ਵਰਤ ਸਕਦੇ ਹਾਂ, ਨਾ ਕਿ ਆਪਾਂ ਨੂੰ ਸਾਰਾ ਦੁਬਾਰਾ ਤੋਂ ਹੀ ਸਾਰਾ ਪ੍ਰੋਗਰਾਮ ਸਾਰਾ ਕੋਡ ਲਿਖਣਾ ਪਏਗਾ। ਕੋਡ ਨੂੰ ਡੀਬਗ ਕਰਨਾ ਆਸਾਨ ਹੁੰਦਾ ਹੈ। ਕੋਡ ਨੂੰ ਡੀਬਗ ਕਰਨ ਦਾ ਮਤਲਬ ਹੈ ਕੋਡ ਦੇ ਵਿੱਚੋਂ ਪ੍ਰੋਗਰਾਮ ਦੇ ਵਿੱਚੋਂ ਗਲਤੀਆਂ ਨਿਕਲਣਾ। ਜੇ ਆਪਾਂ ਫੰਕਸ਼ਨਸ ਦੀ ਵਰਤੋਂ ਕਰਦੇ ਹਾਂ ਕਿਉਂਕਿ ਗਲਤੀਆਂ ਦਾ ਆਸਾਨੀ ਨਾਲ ਪਤਾ ਲੱਗ ਜਾਂਦਾ ਹੈ। ਕੋਡ ਦੇ ਆਕਾਰ ਨੂੰ ਘਟਾਉਂਦਾ ਹੈ ਤੇ ਅਗਰ ਆਪਾਂ ਇੱਕ ਵਾਰੀ ਸਟੇਟਮੈਂਟ ਲਿਖ ਲਈ, ਇੱਕ ਵਾਰੀ ਫੰਕਸ਼ਨ ਲਿਖ ਲਿਆ ਤਾਂ ਡੁਪਲੀਕੇਟ ਸਟੇਟਮੈਂਟਸ ਨੂੰ ਆਪਾਂ ਸਿਰਫ ਬਦਲ ਸਕਦੇ ਹਾਂ। ਹਰ ਸੀ ਪ੍ਰੋਗਰਾਮ ਵਿੱਚ ਘੱਟੋ ਘੱਟ ਇੱਕ ਫੰਕਸ਼ਨ ਹੁੰਦਾ ਹੈ ਜੋ ਕਿ ਮੇਨ ਫੰਕਸ਼ਨ ਹੁੰਦਾ ਹੈ, ਪਰ ਇੱਕ ਪ੍ਰੋਗਰਾਮ ਦੇ ਵਿੱਚ ਤੁਸੀਂ ਬਾਕੀ ਕਈ ਫੰਕਸ਼ਨਸ ਐਡ ਕਰ ਸਕਦੇ ਹੋ। ਜਿਹੜਾ ਮੇਨ ਫੰਕਸ਼ਨ ਹੁੰਦਾ ਉਹ ਇੱਕ ਪ੍ਰੋਗਰਾਮ ਦਾ ਬਿਲਕੁਲ ਸਟਾਰਟਿੰਗ ਪੁਆਇੰਟ ਹੁੰਦਾ, ਬਾਕੀ ਸਾਰੇ ਫੰਕਸ਼ਨਸ ਉਸ ਮੇਨ ਤੋਂ ਹੀ ਸਟਾਰਟ ਹੁੰਦੇ ਹੈ। ਅੱਗੇ ਫੰਕਸ਼ਨਸ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਸਭ ਤੋਂ ਪਹਿਲਾਂ ਹੈ ਯੂਜ਼ਰ ਡਿਫਾਈਨਡ ਫੰਕਸ਼ਨਸ ਤੇ ਉਸ ਤੋਂ ਬਾਅਦ ਹੈ ਬਿਲਟ ਇਨ ਫੰਕਸ਼ਨਸ। ਸਭ ਤੋਂ ਪਹਿਲਾਂ ਦੇਖਦੇ ਹਾਂ ਬਿਲਟ ਇਨ ਫੰਕਸ਼ਨਸ ਕੀ ਹੁੰਦੇ ਹਨ। ਸਾਨੂੰ ਲਾਇਬ੍ਰੇਰੀ ਫੰਕਸ਼ਨਸ ਲਈ ਕੋਡ ਲਿਖਣ ਦੀ ਲੋੜ ਨਹੀਂ ਪੈਂਦੀ, ਇਹ ਪਹਿਲਾਂ ਤੋਂ ਹੀ ਹੈਡਰ ਫਾਈਲ ਦੇ ਅੰਦਰ ਮੌਜੂਦ ਹੁੰਦੇ ਹਨ। ਲਾਇਬ੍ਰੇਰੀ ਫੰਕਸ਼ਨ ਮਤਲਬ ਬਿਲਟ ਇਨ ਫੰਕਸ਼ਨ। ਇਹਨਾਂ ਫੰਕਸ਼ਨਸ ਨੂੰ ਅਸੀਂ ਇੱਕ ਪ੍ਰੋਗਰਾਮ ਦੇ ਸ਼ੁਰੂ ਵਿੱਚ ਹੀ ਸ਼ਾਮਿਲ ਕਰਦੇ ਹਾਂ। ਕਿਹਨਾਂ ਨੂੰ? ਹੈਡਰ ਫਾਈਲਸ ਨੂੰ। ਸਾਨੂੰ ਸਿਰਫ ਇੱਕ ਫੰਕਸ਼ਨ ਦਾ ਨਾਮ ਟਾਈਪ ਹੀ ਕਰਨਾ ਪੈਂਦਾ ਹੈ ਤੇ ਇਸ ਨੂੰ ਸਹੀ ਸਿੰਟੈਕਸ ਦੇ ਨਾਲ ਇਸਤੇਮਾਲ ਕਰਨਾ ਹੁੰਦਾ ਹੈ, ਜਿਵੇਂ ਪ੍ਰਿੰਟ ਐਫ ਹੋ ਗਿਆ, ਸਕੈਨ ਐਫ ਹੋ ਗਿਆ, ਇਹ ਸਾਰੇ ਬਿਲਟ ਇਨ ਫੰਕਸ਼ਨਸ ਹਨ ਜੋ ਕਿ ਆਲਰੇਡੀ ਸੀ ਦੀ ਲਾਇਬ੍ਰੇਰੀ ਦੇ ਵਿੱਚ ਬਣੇ ਹੋਏ ਹੈ, ਆਪਾਂ ਸਿਰਫ ਉਹਨਾਂ ਦਾ ਇਸਤੇਮਾਲ ਕਰਾਂਗੇ। ਅੱਗੇ ਹੈ ਯੂਜ਼ਰ ਡਿਫਾਈਨਡ ਫੰਕਸ਼ਨਸ। ਇੱਕ ਯੂਜ਼ਰ ਦੁਆਰਾ ਪ੍ਰਭਾਸ਼ਿਤ ਫੰਕਸ਼ਨ ਇੱਕ ਕਿਸਮ ਦੀ ਫੰਕਸ਼ਨ ਹੁੰਦੀ ਹੈ ਜਿਸ ਵਿੱਚ ਸਾਨੂੰ ਫੰਕਸ਼ਨ ਦਾ ਮੁੱਖ ਭਾਗ ਲਿਖਣਾ ਪੈਂਦਾ ਹੈ ਤੇ ਜਦੋਂ ਵੀ ਸਾਨੂੰ ਆਪਣੇ ਪ੍ਰੋਗਰਾਮ ਵਿੱਚ ਕਿਸੇ ਵੀ ਕੰਮ ਨੂੰ ਕਰਨ ਲਈ ਫੰਕਸ਼ਨ ਦੀ ਲੋੜ ਪਵੇ ਆਪਾਂ ਫੰਕਸ਼ਨ ਨੂੰ ਕਾਲ ਕਰ ਸਕਦੇ ਹਾਂ। ਯੂਜ਼ਰ ਡਿਫਾਈਨਡ ਫੰਕਸ਼ਨ ਹਮੇਸ਼ਾ ਯੂਜ਼ਰ ਦੁਆਰਾ ਹੀ ਲਿਖਿਆ ਜਾਂਦਾ ਹੈ, ਜਿਵੇਂ ਕਿਸ ਦੇ ਨਾਮ ਤੋਂ ਹੀ ਪਤਾ ਚੱਲ ਰਿਹਾ ਹੈ, ਪਰ ਬਾਅਦ ਵਿੱਚ ਇਸ ਨੂੰ ਆਪਾਂ ਆਪਣੀ ਸੀ ਲਾਇਬ੍ਰੇਰੀ ਵਿੱਚ ਵੀ ਦਾਖਲ ਕਰ ਸਕਦੇ ਹਾਂ ਤੇ ਇਸ ਦਾ ਸਭ ਤੋਂ ਵੱਡਾ ਫਾਇਦਾ ਹੀ ਇਹੀ ਹੈ ਕਿ ਜਿਹੜਾ ਫੰਕਸ਼ਨ ਤੁਹਾਨੂੰ ਲੱਗੇ ਕਿ ਇਹ ਬਾਰ-ਬਾਰ ਆਪਣੇ ਪ੍ਰੋਗਰਾਮਸ ਦੇ ਵਿੱਚ ਯੂਜ਼ ਹੋ ਰਿਹਾ ਹੈ ਤਾਂ ਤੁਸੀਂ ਉਸਨੂੰ ਬਾਰ-ਬਾਰ ਲਿਖਣ ਦੀ ਬਜਾਏ ਸੀ ਦੀ ਲਾਇਬ੍ਰੇਰੀ ਵਿੱਚ ਹੀ ਐਡ ਕਰ ਦਿਓ ਤਾਂ ਕਿ ਲੋੜ ਪੈਣ ਤੇ ਤੁਸੀਂ ਉਸਨੂੰ ਕਾਲ ਕਰ ਸਕੋ, ਬਾਰ-ਬਾਰ ਲਿਖਣ ਦੀ ਲੋੜ ਨਾ ਪਵੇ। ਸੀ ਵਿੱਚ ਪ੍ਰੋਗਰਾਮਿੰਗ ਫੰਕਸ਼ਨ ਨੂੰ 3 ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ। ਸਭ ਤੋਂ ਪਹਿਲਾ ਹੈ ਫੰਕਸ਼ਨ ਡੈਕਲੇਰੇਸ਼ਨ, ਮਤਲਬ ਫੰਕਸ਼ਨਸ ਨੂੰ ਡਿਕਲੇਅਰ ਕਰਨਾ। ਉਸ ਤੋਂ ਬਾਅਦ ਹੈ ਫੰਕਸ਼ਨ ਡੈਫੀਨੇਸ਼ਨ, ਮਤਲਬ ਜਿਹੜੇ ਫੰਕਸ਼ਨ ਨੂੰ ਡਿਕਲੇਅਰ ਕੀਤਾ ਹੈ ਉਹਨਾਂ ਨੂੰ ਡਿਫਾਈਨ ਕਰਨਾ, ਤੇ ਅਖੀਰ ਵਿੱਚ ਹੈ ਫੰਕਸ਼ਨ ਕਾਲ,
पहला डिक्लेयर किया फिर डिफाइन किया उस तो बाद उस फंक्शन जिथे भी लोड़ पवे उथे कॉल करना। आप सब तो पहला देखते हैं फंक्शन डैक्लरेशन की होंदा है। फंक्शन डैक्लरेशन का होंदा है मतलब एक प्रोग्राम का नाम लिखना, एक फंक्शन का नाम लिखना। प्रोग्राम विच फंक्शन की वरतों करना एक लाजमी हिस्सा है। एक फंक्शन डैक्लरेशन विच असी सिर्फ एक फंक्शन का नाम ही निर्धारित करते हैं जो असी अपने प्रोग्राम विच एक वेरिएबल घोषणा की तरह इस्तेमाल करन जा रहे हैं। असी किसी फंक्शन की वरतों उदों तक नहीं कर सकते जदों तक असी अपने प्रोग्राम दे विच उसनू डिक्लेयर ना किता होवे। फंक्शन डैक्लरेशन नू फंक्शन प्रोटोटाइप भी कहा जाता है। मतलब सिंपल कि किसी भी फंक्शन नू अगर यूज करना है तो सब तो पहला उसनू डिक्लेयर करना पाएगा। आप एग्जाम्पल विच देखांगे किवें डिक्लेयर करना है। उस तो बाद है फंक्शन डैक्लरेशन जिसनू प्रोटोटाइप भी कहते हैं आम तौर पर मेन फंक्शन तो उपर हुंदा है। तो यह किस तरीके नाल हुंदा है, सब तो पहला रिटर्न डाटा टाइप, उस तो बाद थोड़ी स्पेस छोड़ के फंक्शन नेम ते ब्रैकेट विच आर्गूमेंट्स, उस तो बाद स्टेटमेंट नू खत्म करने लई सेमीकोलन। जिहड़ी रिटर्न डाटा टाइप है वह फंक्शन का डाटा टाइप है जो कि कॉलिंग स्टेटमेंट विच वापस आता है। फिर फंक्शन का नाम है, फंक्शन का नाम तुसी जो तुसी कम करवाना है फंक्शन तो उदे रेलेवेंट ही तुसी फंक्शन का नाम दे सकते हो। आर्गूमेंट्स दे विच उन्हां डाटा टाइप घोषणावां दे नाल विकल्पिक तौर ते ही ब्रैकेट विच रखे जांदे आ इह आर्गूमेंट्स। जिवें अगर आपां इसदी एग्जाम्पल देखिए तो सब तो पहला इनकलूड stdio.h पाया, उस तो बाद फंक्शन डिकलेयर किया कि इंट एक डाटा टाइप हो गया, एड एक फंक्शन का नाम है, उस तो बाद इंट ए कॉमा बी। ए कॉमा बी की है, यह दोनों आर्गूमेंट्स है। सिंपल मेन तो उपर इन्हों डिकलेयर करता। यह याद रखना कि एक फंक्शन जरूरी नहीं कि मुल वापस ही करे। इस स्थिति विच की हुंदा है कि अगर आपने मुल वापस नहीं करवाना तो आप वॉयड की वरतों करते हैं। जिथे आप इंट लिखे तुसी देख रहे हो उपर प्रोग्राम दे विच एड दे अगे इंट लिखे ना, जेकर तुसी मुल वापस नहीं करवाना चाहते तो आप एड दे अगे इंट की थां ते वॉयड वरत सकते हैं। अगे है फंक्शन डेफिनेशन। फंक्शन डेफिनेशन का मतलब है कि फंक्शन का मुख भाग लिखना। पहले डिकलेयर करता हूँ मुख भाग लिखना। एक फंक्शन के हिस्से विच ओह स्टेटमेंट शामिल होंदिया हन जो कि खास काम करन लई वरतियां जांदियां हन। फंक्शन बॉडी विच अकेली स्टेटमेंट भी हो सकती है ते ब्लॉक ऑफ स्टेटमेंट्स भी हो सकते हैं। यह भी एक फंक्शन का बहुत ही इंपॉर्टेंट हिस्सा हुंदा है। एग्जाम्पल देखो, आपां उपर फंक्शन डिकलेयर करता सी उस तो बाद हुण फंक्शन नू पूरा कंप्लीट कर रहे हैं। इंट एड इंट ए कॉमा इंट बी, इत्थे आपां इंट ए कॉमा बी भी लिख सकते सी। करली ब्रैकेट शुरू कीती, इट मीनस आपां फंक्शन की बॉडी लिखनी शुरू करती। इंट सी, सी नाम का एक वेरीएबल लिता इंटीजर डाटा टाइप का, उस तो बाद की किता ए ते बी नू प्लस करके जो आंसर आया वह आप किस दे विच फिल करता, सी दे विच। उस तो बाद सी नू रिटर्न कर लिया, ब्रैकेट बंद की। अगे है फंक्शन कॉलिंग। एक फंक्शन कॉल का अर्थ है कि जो भी प्रोग्राम दे विच फंक्शन की लोड़ पवे आप उसनू कॉल कर लिए। जो भी असी किसी फंक्शन नू कॉल करते हाँ तो यह एक ऑपरेशन करता है। ऑपरेशन मतलब कोई काम करता है जिस लई यह डिजाइन किया गया है। एक फंक्शन कॉल एक प्रोग्राम दे विच एक ऑप्शनल पार्ट हुंदा है। जिवें आपां पिछले प्रोग्राम दे विच देखिया कि आपां ने रिटर्न सी किता, एड नाम दा एक फंक्शन बनाया सी, तां आपां उत्थे इत्थे की एड कर लैने आ, रिजल्ट बराबर एड ब्रैकेट विच ए ते बी दिता सी, इत्थे ए ते बी दी वैल्यू कितने थी 4 ते 5। हुण आपां इसकी एक एग्जाम्पल देखते हाँ। सब तो पहला हैडर फाइल इंसर्ट की, उस तो बाद एड नाम का एक फंक्शन लिता, उस फंक्शन की डाटा टाइप की अपने कोले इंट। उस तो बाद दो आर्गूमेंट्स लिते ए ते बी, मेन फंक्शन स्टार्ट किया। अगे आपां इन्हां आर्गूमेंट्स नू वैल्यू देती 10 ते 20। उस तो बाद आपां एड फंक्शन नू इत्थे कॉल किया। जो तुसी एड फंक्शन नू कॉल करोगे तो की होएगा, तुहाड़ा प्रोग्राम सीधा, तुहाड़ा कंपाइलर सीधा कित्थे चला जाएगा,
इस जगह ते। जदों कॉल करदे हो तो वह सीधा कित्थे चला जाता, फंक्शन डेफिनेशन ते। हुण इस जगह ते आके वह की करेगा, इस फंक्शन नू यूज करेगा, इस फंक्शन नू कम करना शुरू करेगा। आपां इंट देती एक सी, उस तो बाद ए ते बी दी वैल्यू नू प्लस करके आपां सी दे विच पाता। उस तो बाद रिटर्न सी किता, जदों रिटर्न सी किता ओह वापस गया प्रिंट स्टेटमेंट ते। उस तो बाद सी दी वैल्यू नू प्रिंट करता ते वापस आ गया प्रोग्राम चो। तो उस तो बाद अपना की आंसर आ जाएगा 30, मतलब 10 ते 20 दा जोड़ 30। अगे है कि आर्गूमेंट्स की होंदे हन, वेरीएबल्स जो फंक्शन विच वरते जांदे हन। फंक्शन हवालियां विच वेरीएबल्स दी वरतों आर्गूमेंट्स कहलांदी है। इन्हां नूं पेरेंथेसिस मतलब ब्रैकेट्स दे विच लिखिया जांदा है ते फंक्शन दे नाम दे पिछे होंदे है हमेशा इह। अगे है पैरामीटर्स, वेरीएबल्स जो फंक्शन परिभाषा विच वरते जांदे हन उन्हां नूं पैरामीटर्स कहा जांदा है। इन्हां नूं रस्मी पैरामीटर्स भी कहा जांदा है क्यों जो ओह प्रवानित मुल नहीं हुंदे, इह कॉलिंग फंक्शन तों मुल प्राप्त करदे हन ते इह भी ब्रैकेट्स विच ही लिखे जांदे है ते फंक्शन दे नाम दे पिछे ही हुंदे है। अगर आपां इस प्रोग्राम दे विच देखिए कि आर्गूमेंट्स की हुंदा है ते पैरामीटर्स की हुंदा है, जिहड़े आह दो डिक्लेयर किते हुए है इंट ए ते बी इस जगह ते यूज हुए है, इह दोनों की है आर्गूमेंट्स। उस तो बाद आपां इस जगह ते इन्हां दोनों आर्गूमेंट्स की वैल्यू देती, ए दी वैल्यू 5 बी दी वैल्यू 3। इट मीनस इह दोनों इत्थे की है आर्गूमेंट्स ते इह की है पैरामीटर्स। अगे है मल्टी फंक्शन प्रोग्राम। एक फंक्शन कोड का एक स्वै नियंत्रण ब्लॉक होंदा है जो एक खास काम करता है। एक बार जदों एक फंक्शन तैयार किया जाता है तो इसनू पैक कर दिता जाता है, मतलब फंक्शन तैयार हो गया पूरी तरह उसनू खोल के बंद कर दिता जाता है, तो इसनू एक ब्लैक बॉक्स मनिया जा सकता है जो मुख प्रोग्राम तो कुछ डाटा लेंदा है ते आंसर काढ के एक मुल वापस करता है। इस तरह एक प्रोग्राम जिसनू कई फंक्शनां दी वरतों करके लिखिया जाता है उसनू मल्टी फंक्शन प्रोग्राम कहा जाता है। तो नाम तो ही पता चल रहा वह प्रोग्राम जिस दे विच मल्टी फंक्शन मतलब ज़्यादा फंक्शन यूज हो रहे होना। अगर एग्जाम्पल देखिए तो देखो सब तो पहला हैडर फाइल दे दी, ब्रैकेट प्रिंट स्टेटमेंट ले ली, रिजल्ट ऑफ डिस्प्ले नेम फंक्शन कॉल, ठीक है उस दे विच प्रिंट करवाता, ब्रैकेट बंद। उस तो बाद मेन स्टार्ट किया, मेन दे अंदर आपां की किया फिर प्रिंट स्टेटमेंट करवाई एक, दिस डेमोन्स्ट्रेट्स यूजर डिफाइंड फंक्शनस। उस तो बाद की किया आपां ने जिहड़ा उपर एक फंक्शन बनाया सी नीचे उसनू की कर लिया आपां कॉल कर लिया। जदों कॉल किया वापस उपर जाऊगा, ठीक है जदों उपर गया तो वह फिर की प्रिंट कर दूगा, रिजल्ट ऑफ डिस्प्ले नेम फंक्शन कॉल। इट मीनस इस प्रोग्राम दे विच अपने दो स्टेटमेंट्स प्रिंट हो गया, सब तो पहला केड़ी दिस डेमोन्स्ट्रेट्स यूजर डिफाइंड फंक्शनस ते दूसरी रिजल्ट ऑफ डिस्प्ले नेम फंक्शन कॉल। अगे देखो आपां करदे हां कि फंक्शन जिहड़े वैल्यू रिटर्न नहीं करदे ते फंक्शन जिहड़े वैल्यू रिटर्न करदे है। सब तो पहला हैडर फाइल इनसर्ट करती, उस तो बाद आपां एक फंक्शन डिकलेयर किया वॉयड, क्योंकि यह कुछ भी रिटर्न नहीं कर रहा तो यह वॉयड लेगा। उस तो बाद दो इंटीजर ले ले, मेन स्टार्ट किया, मेन दे अंदर आपां दो वेरीएबल ले ले ए ते बी, दोनों नू वैल्यू असाइन करती। उस तो बाद आपां उस फंक्शन नू जिसनू डिकलेयर किया सी उसनू आपां की किया कॉल कर लिया। कॉल करन तो बाद यह सीधा किधर चला जाएगा, नीचे वॉयड एड जिथे फंक्शन नू आपां डिफाइन किया होया सी। उपर ए बी सी लिता सी तां हुण नीचे आपां नू एक्स वाई ले लिया। हुण एक एक्सट्रा इंटीजर लिता जेड जिदे विच एक्स ते वाई दी वैल्यू प्लस होके जाएगी, उस तो बाद जेड नू प्रिंट कर लिया। ते दूसरा फंक्शन देखते हैं जिसदे विच वैल्यू रिटर्न कर रही है। हुण तुसी देख रहे हो दोनों विच फर्क की है, जो रिटर्न नहीं कर रहा उहदे च आपां वर्ड लिखिया सी ते इहदे विच आपां इंटीजर लिख लिया, बाकी सारा फंक्शन सेम है।
ਤਾਂ ਉਵੇਂ ਹੀ ਨੀਚੇ ਆ ਜਾਓ। ਹੁਣ ਨੀਚੇ ਜਿੱਥੇ ਆਪਾਂ ਇੱਥੇ ਇੱਧਰ ਲਿਖਿਆ ਸੀ ਐਡ ਏ ਕੋਮਾ ਬੀ, ਲੇਕਿਨ ਇੱਧਰਲੀ ਸਾਈਡ ਤੇ ਆਪਾਂ ਕੀ ਕੀਤਾ, ਇਹਨਾਂ ਦੋਨਾਂ ਫੰਕਸ਼ਨਸ ਦੇ ਇਸ ਫੰਕਸ਼ਨ ਨੂੰ ਕਾਲਿੰਗ ਕੀਤਾ ਜਿੱਥੇ, ਤਾਂ ਉਹਦੀ ਵੈਲਿਊ ਨਾਲ ਹੀ ਸੀ ਦੇ ਵਿੱਚ ਪਾਤੀ। ਪ੍ਰਿੰਟ ਕਰਤਾ ਸੀ ਨੂੰ, ਜਦੋਂ ਕਾਲ ਕੀਤਾ ਉਹ ਨੀਚੇ ਆ ਜਾਏਗਾ, ਨੀਚੇ ਆਪਣਾ ਸਾਰਾ ਫੰਕਸ਼ਨ ਪਰਫਾਰਮ ਕਰੇਗਾ। ਤੇ ਸੀ ਦੀ ਥਾਂ ਤੇ ਜੋ ਆਪਾਂ ਜ਼ੈਡ ਵੈਰੀਏਬਲ ਲਿੱਤਾ ਸੀ ਉਸਦੀ ਵੈਲਿਊ ਨੂੰ ਰਿਟਰਨ ਕਰ ਦੇਗਾ। ਜਦੋਂ ਰਿਟਰਨ ਕਰੇਗਾ ਵਾਪਸ ਕਿੱਥੇ ਚਲਾ ਜਾਏਗਾ, ਜਿੱਥੇ ਆਪਾਂ ਕਾਲ ਕੀਤਾ ਸੀ, ਤੇ ਪ੍ਰਿੰਟ ਕਰ ਦੇਗਾ। ਅੱਗੇ ਹੈ ਸਟੋਰੇਜ ਕਲਾਸਿਸ। ਵੈਰੀਏਬਲ ਦੀ ਵਿਸ਼ੇਸ਼ਤਾ ਨੂੰ ਡਾਟਾ ਟਾਈਪ ਅਤੇ ਸਟੋਰੇਜ ਸ਼੍ਰੇਣੀ ਦੇ ਆਧਾਰ ਤੇ ਦੋ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ। ਸੀ ਦੇ ਵਿੱਚ ਨੋਰਮਲੀ ਚਾਰ ਤਰ੍ਹਾਂ ਦੇ ਸਟੋਰੇਜ ਕਲਾਸਿਸ ਹੁੰਦੀਆਂ। ਸਭ ਤੋਂ ਪਹਿਲਾਂ ਆਟੋਮੈਟਿਕ, ਐਕਸਟਰਨਲ, ਸਟੈਟਿਕ ਤੇ ਰਜਿਸਟਰ। ਸਭ ਤੋਂ ਪਹਿਲਾਂ ਆਪਾਂ ਸਟੱਡੀ ਕਰਾਂਗੇ ਸਟੈਟਿਕ ਵੇਰੀਏਬਲ ਕਿਹੜੇ ਹੁੰਦੇ ਹੈ। ਸਟੈਟਿਕ ਵੇਰੀਏਬਲ ਹੁੰਦੇ ਜੋ ਕਿ ਇੱਕ ਬਲੌਕ ਦੇ ਵਿੱਚ ਲਿਖੇ ਜਾਂਦੇ ਹੈ, ਤੇ ਉਹ ਹਮੇਸ਼ਾ ਸਿਰਫ ਉਸੇ ਬਲੌਕ ਵਿੱਚ ਹੀ ਵਰਤੇ ਜਾਂਦੇ ਹੈ, ਉਸ ਤੋਂ ਬਾਹਰ ਕਿਤੇ ਨਹੀਂ ਵਰਤੇ ਜਾ ਸਕਦੇ ਉਹ। ਤੇ ਅਗਰ ਆਪਾਂ ਹੁਣ ਇਸਦੀ ਐਗਜ਼ਾਮਪਲ ਦੇਖੀਏ ਤਾਂ ਇਸ ਪ੍ਰੋਗਰਾਮ ਦੇ ਵਿੱਚ ਉਹ ਦੇਖੋ, ਆਪਾਂ ਪਹਿਲੇ ਹੈਡਰ ਫਾਈਲ ਲੈ ਲਈ, ਮੇਨ ਫੰਕਸ਼ਨ ਸਟਾਰਟ ਕੀਤਾ, ਉਸ ਤੋਂ ਬਾਅਦ ਆਪਾਂ ਇੱਕ ਫੰਕਸ਼ਨ ਲਿੱਤਾ ਇਨਕਰੀਜ਼ ਦਾ, ਉਸਨੂੰ ਆਪਾਂ ਕਾਲ ਕਰ ਲਿਆ ਤਿੰਨ ਵਾਰ। ਜਦੋਂ ਕਾਲ ਕੀਤਾ ਤਾਂ ਓਬਵੀਅਸਲੀ ਉਹ ਨੀਚੇ ਚਲਾ ਜਾਏਗਾ। ਨੀਚੇ ਜਾ ਕੇ ਆਪਾਂ ਇੱਕ ਵੇਰੀਏਬਲ ਲਿੱਤਾ ਏ ਨਾਮ ਦਾ, ਹੁਣ ਤੁਸੀਂ ਦੇਖ ਰਹੇ ਹੋ ਇਹ ਇਸ ਫੰਕਸ਼ਨ ਵਿੱਚ ਹੀ ਯੂਜ਼ ਹੋ ਰਿਹਾ ਹੈ, ਤਾਂ ਇਸ ਫੰਕਸ਼ਨ ਤੋਂ ਬਾਹਰ ਇਹ ਏ ਵੇਰੀਏਬਲ ਜੋ ਹੈ ਉਹ ਕਿਤੇ ਵੀ ਯੂਜ਼ ਨਹੀਂ ਕੀਤਾ ਜਾ ਸਕਦਾ। ਕਿਉਂ? ਕਿਉਂਕਿ ਇਹ ਉਸ ਫੰਕਸ਼ਨ ਦੇ ਵਿੱਚ ਡਿਕਲੇਅਰ ਕੀਤਾ ਗਿਆ ਹੈ। ਅੱਗੇ ਹੈ ਐਕਸਟਰਨਲ ਵੇਰੀਏਬਲ। ਐਕਸਟਰਨਲ ਵੇਰੀਏਬਲ ਹੁੰਦੇ ਜੋ ਫੰਕਸ਼ਨ ਦੇ ਬਾਹਰ ਪਰਿਭਾਸ਼ਿਤ ਕੀਤੇ ਜਾਂਦੇ ਹੈ, ਤੇ ਕਿਸੇ ਵੀ ਫੰਕਸ਼ਨ ਵਿੱਚ ਇਹਨਾਂ ਨੂੰ ਵਰਤਿਆ ਜਾ ਸਕਦਾ ਹੈ। ਤਾਂ ਇਹਦੀ ਐਗਜ਼ਾਮਪਲ ਦੇਖੀਏ, ਪਹਿਲੇ ਸਟੂਡੀਓ ਲੈ ਲਿਆ, ਮੇਨ ਸਟਾਰਟ ਕੀਤਾ, ਉਸ ਤੋਂ ਬਾਅਦ ਆਪਾਂ ਨੇ ਫੰਕਸ਼ਨਸ ਨੂੰ ਡਿਕਲੇਅਰ ਕਰਤਾ ਇਨਕਰੀਜ਼ ਤੇ ਡਿਕਰੀਜ਼। ਆਪਾਂ ਹੁਣ ਦੇਖੋ ਇੱਥੇ ਪ੍ਰਿੰਟ ਸਟੇਟਮੈਂਟ ਵਿੱਚ ਆਪਾਂ ਨੇ ਇੱਕ ਵੇਰੀਏਬਲ ਲਿੱਤਾ ਏ, ਜੋ ਕਿ ਫੰਕਸ਼ਨ ਤੋਂ ਬਾਹਰ ਹੈ, ਤਾਂ ਇਟ ਮੀਨਸ ਆਪਾਂ ਕੀ ਕੀਤਾ, ਇਸ ਏ ਵੇਰੀਏਬਲ ਨੂੰ ਜਿਸ ਮਰਜ਼ੀ ਫੰਕਸ਼ਨ ਦੇ ਵਿੱਚ ਆਪਾਂ ਇਸਨੂੰ ਵਰਤ ਸਕਦੇ ਹਾਂ। ਬੱਚੋ, ਉਮੀਦ ਹੈ ਤੁਹਾਨੂੰ ਇਹ ਲੈਸਨ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਜੇਕਰ ਸਮਝ ਆ ਗਿਆ ਤੇ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਵੀਡੀਓ ਨੂੰ ਲਾਈਕ ਕਰਨਾ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ। ਥੈਂਕ ਯੂ ਸੋ ਮੱਚ।